ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਚੌਰ ਚ ਦੋ ਲੋਕ ਹੋਰ ਕੋਰੋਨਾ ਪੋਜ਼ਿਟਿਵ ਪਾਏ ਗਏ, ਜਿਸ ਚ ਇੱਕ ਜਤਿੰਦਰ ਕੁਮਾਰ ਦੀ ਮਾਤਾ ਹੈ, ਜਦਕਿ ਇੱਕ ਜਤਿੰਦਰ ਕੁਮਾਰ ਦਾ ਕੰਡਕਟਰ ਹੈ ਜੋ ਕਿ ਪਿੰਡ ਬੂਥਗੜ੍ਹ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਪਿੰਡ ਬੂਥਗੜ੍ਹ ਦੇ ਸਿਵਲ ਹਸਪਤਾਲ ਚ ਆਈਸੋਲੇਟ ਕਰ ਦਿੱਤਾ ਗਿਆ। ਹੁਣ ਇਸ ਦੇ ਨਾਲ ਹੀ ਜ਼ਿਲ੍ਹਾ ਨਵਾਂਸ਼ਹਿਰ ਦੇ 3 ਵਿਅਕਤੀਆਂ ਦੀ ਰਿਪੋਰਟ ਪੋਜ਼ਿਟਿਵ ਆਉਣ ਦੇ ਨਾਲ ਕੁੱਲ 22 ਮਰੀਜ਼ਾਂ ਦਾ ਅੰਕੜਾ ਹੋ ਗਿਆ ਹੈ, ਜਿਸ ਦਾ ਖੁਲਾਸਾ ਨਵਾਂਸ਼ਹਿਰ ਦੇ ਸਿਵਲ ਸਰਜਨ ਡਾਕਟਰ ਰਜਿੰਦਰ ਕੁਮਾਰ ਪਾਟੀਆ ਨੇ ਕਰਦੇ ਹੋਏ ਕਿਹਾ ਕਿ 25 ਅਪ੍ਰੈਲ ਨੂੰ ਪਿੰਡ ਬੂਥਗੜ੍ਹ ਦੇ ਇੱਕ ਵਿਅਕਤੀ ਜਤਿੰਦਰ ਕੁਮਾਰ ਦੀ ਰਿਪੋਰਟ ਪੋਜ਼ਿਟਿਵ ਆਉਣ ਦੇ ਨਾਲ ਉਸਦੇ ਪਰਿਵਾਰਕ ਮੈਂਬਰ ਅਤੇ ਉਸਦੇ ਸੰਪਰਕ 'ਚ ਆਏ 50 ਲੋਕਾਂ ਨੂੰ ਹਸਪਤਾਲ 'ਚ ਲਿਜਾ ਕੇ ਬਲੱਡ ਟੈਸਟ ਕੀਤੇ ਸੀ, ਜਿਸ 'ਚ 48 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 2 ਹੋਰ ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ, ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ। ਜਤਿੰਦਰ ਕੁਮਾਰ ਨਾਮ ਦਾ ਵਿਅਕਤੀ, ਜਿਹੜਾ ਕਿ ਬਾਈ ਪ੍ਰੋਫੈਸ਼ਨ ਇੱਕ ਟਰੱਕ ਡਰਾਈਵਰ ਹੈ, ਇਹ JNK ਤੋਂ ਸਾਡੇ ਜ਼ਿਲ੍ਹੇ ਦੇ ਵਿੱਚ ਬੂਥਗੜ੍ਹ ਪਿੰਡ ਵਿੱਚ ਆਇਆ ਸੀਗਾ। ਔਰ ਇਹਨਾਂ ਦੀ ਜਿਹੜੇ ਸੈਂਪਲ ਪੋਜ਼ਿਟਿਵ ਦੀ ਰਿਪੋਰਟ ਹੈਗੀ ਹੈ, ਉਹ ਸਾਨੂੰ 25 ਤਰੀਕ ਨੂੰ ਮਿਲੀ ਸੀ। ਔਰ ਇਮੀਡੀਏਟਲੀ ਇਹਨੂੰ ਅਸੀਂ ਆਪਣੀ ਆਈਸੋਲੇਸ਼ਨ ਫੈਸਿਲਿਟੀ ਡਿਸਟ੍ਰਿਕਟ ਹੋਸਪਿਟਲ ਨਵਾਂਸ਼ਹਿਰ ਵਿੱਚ ਸ਼ਿਫਟ ਕਰ ਦਿੱਤਾ ਸੀ। ਔਰ ਇਸ ਦੇ ਨਾਲ ਹੀ ਇਹਨਾਂ ਦੇ ਸਾਰੇ ਕਲੋਜ਼ ਕੰਟੈਕਟਸ, ਇਹਨਾਂ ਦੇ ਫੈਮਿਲੀ ਮੈਂਬਰਸ, ਇਹਨਾਂ ਡਾਇਰੈਕਟ ਔਰ ਹਾਈ ਰਿਸਕ ਕੰਟੈਕਟ ਸੀ, ਅਸੀਂ ਸੈਂਪਲਿੰਗ ਕੀਤੀ ਸੀਗੀ, ਜਿਹੜੇ ਕਿ ਅਰਾਊਂਡ ਅਬਾਊਟ 50 ਸੈਂਪਲਸ ਅਸੀਂ ਲਿੱਤੇ ਸੀ, ਔਰ ਜਿਨ੍ਹਾਂ ਦੀ ਰਿਪੋਰਟ ਸਾਡੇ ਕੋਲ ਅੱਜ ਪ੍ਰਾਪਤ ਹੋਈ ਹੈ। ਔਰ ਇਹਨਾਂ 50 ਸੈਂਪਲਸ ਦੇ ਵਿੱਚੋਂ 2 ਹੋਰ ਪੋਜ਼ਿਟਿਵ ਸਾਡੇ ਕੋਲ ਕੇਸਿਸ ਆਏ ਨੇ, ਜਿਨ੍ਹਾਂ 'ਚੋਂ ਇੱਕ ਇਹਦੇ ਜਤਿੰਦਰ ਕੁਮਾਰ ਦੇ ਮਦਰ ਨੇ, ਮਿਸਿਸ ਤ੍ਰਿਪਤਾ ਦੇਵੀ, ਔਰ ਦੂਸਰੇ ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਆਇਆ ਸੀ, ਜਿਹਦਾ ਨਾਮ ਸੰਦੀਪ ਕੁਮਾਰ ਹੈ, ਉਹ ਵੀ JNK ਤੋਂ ਇਹਨਾਂ ਦੇ ਨਾਲ ਹੀ ਇੱਥੇ ਬੂਥਗੜ੍ਹ ਆਇਆ ਸੀਗਾ, ਔਰ ਉਹ ਵੀ ਪੋਜ਼ਿਟਿਵ ਹੈ। ਸੋ 50 ਵਿੱਚੋਂ ਇਹ 2 ਪੇਸ਼ੈਂਟਸ ਹੋਰ ਸਾਡੇ ਪੋਜ਼ਿਟਿਵ ਨੇ, ਔਰ ਬਾਕੀ ਸਾਰੇ ਨੈਗੇਟਿਵ ਹੈ ਆਊਟ ਆਫ 50। ਔਰ ਇਸ ਦੇ ਨਾਲ ਹੀ ਜਦੋਂ ਸਾਨੂੰ ਪਤਾ ਲੱਗਾ, ਇੱਕ ਤਾਂ ਇਹਨਾਂ ਨੂੰ ਆਈਸੋਲੇਸ਼ਨ ਫੈਸਿਲਿਟੀ ਦੇ ਵਿੱਚ ਸ਼ਿਫਟ ਕੀਤਾ ਸੀ ਅਸੀਂ 25 ਤਰੀਕ ਨੂੰ ਮਿਸਟਰ ਜਤਿੰਦਰ ਕੁਮਾਰ ਨੂੰ, ਐਂਡ ਅਲੋਂਗ ਵਿਦ ਦੈਟ ਅਸੀਂ ਇਹਦੇ ਨਾਲ ਲੱਗਦੇ ਟੋਟਲ 4 ਪਿੰਡ ਅਸੀਂ ਅੰਡਰ ਕੰਟੇਨਮੈਂਟ ਪਲਾਨ ਇਹ ਸੀਲ ਕੀਤੇ ਸੀਗੇ। ਔਰ ਇਹ ਪਿੰਡਾਂ ਦੇ ਨਾਮ ਹੈ ਬੂਥਗੜ੍ਹ, ਤੀਜ ਪਲਾਨਾ, ਐਂਡ ਮਾਨੇਵਾਲ। ਇਹ ਸਾਰੇ ਪਿੰਡ ਇਹਦੇ ਨਾਲ ਅਸੀਂ ਸੀਲ ਕੀਤੇ ਸੀਗੇ। ਔਰ ਆਫਕੋਰਸ ਨਾਲ ਦੇ ਨਾਲ ਸਾਡਾ ਵੀ ਹੈਵ ਸਟਾਰਟਡ ਵਿਦ ਸਰਵੇਲੈਂਸ ਐਂਡ ਸਰਵੇ, ਸਾਰੇ ਘਰ ਘਰ ਦਾ ਜਾ ਕੇ ਉਹ ਸਰਵੇ ਵੀ ਅਸੀਂ ਸਟਾਰਟ ਕੀਤਾ ਹੋਇਆ ਉਹਦੇ 'ਚੋਂ। ਤੋ ਬਾਕੀ ਅਸੀਂ ਜਿਹੜੇ ਕੰਟੈਕਟ ਟਰੇਸਿੰਗ ਅੱਗੇ ਹੋਰ ਕੀਤੀ ਹੈਗੀ ਹੈ, ਸੋ ਅਰਾਊਂਡ ਅਬਾਊਟ ਜਿਹੜੇ ਜਤਿੰਦਰ ਕੁਮਾਰ ਦੇ ਕੰਟੈਕਟਸ ਹੈਗੇ, ਅਰਾਊਂਡ ਅਬਾਊਟ 150 ਦੇ ਰਾਊਂਡ ਹੈਗਾ ਸਾਡੇ ਕੋਲ। ਸੋ ਉਹਦੇ ਨਾਲ ਹੀ ਅਸੀਂ ਮਤਲਬ ਜਿਹੜੇ ਅਸੀਂ ਵਿਲ ਬੀ ਡੂਇੰਗ ਮੋਰ ਆਫ ਦ ਸੈਂਪਲਿੰਗ, ਕੋਵਿਡ 19 ਦੀ ਅਸੀਂ ਨਾਲ ਸੈਂਪਲਿੰਗ ਜਾਰੀ ਰੱਖਾਂਗੇ, ਔਰ ਡੋਰ ਟੂ ਡੋਰ ਸਰਵੇ ਵੀ ਸਾਡਾ ਜਾਰੀ ਰਹੇਗਾ। ਨਵਾਂਸ਼ਹਿਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।